ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜਮਾਤਾ ਸਰਦਾਰਨੀ ਮਹਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੋਤੀ ਮਹਿਲ ਵਿੱਚ ਪਾਇਆ ਗਿਆ। ਇਸ ਅੰਤਿਮ ਅਰਦਾਸ ਮੌਕੇ ਉਚੇਚੇ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸਾਬਕਾ ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ, ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਉੱਥੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਅਤੇ ਪੰਜਾਬ ਹੋਮਿਓਪੈਥਿਕ ਕੌਂਸਲ ਦੇ ਚੇਅਰਮੈਨ ਡਾਕਟਰ ਤਰਿੰਦਰ ਪਾਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਇਸ ਅੰਤਿਮ ਅਰਦਾਸ ਸਮਾਗਮ 'ਚ ਲੱਖਾਂ ਦੀ ਤਾਦਾਦ 'ਚ ਲੋਕ ਸ਼ਾਮਿਲ ਹੋਏ। ਇਸ ਸਮਾਗਮ ਦੀ ਦੇਖਰੇਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਨੇ ਕੀਤੀ ਅਤੇ VIP ਜ਼ਿਆਦਾ ਆਉਣ ਕਰਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਪਾਰਕਿੰਗ ਦਾ ਵੀ ਪੁਖਤਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਵੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਅੰਤਿਮ ਅਰਦਾਸ ਮੌਕੇ ਹੋਰਾਂ ਤੋਂ ਇਲਾਵਾ ਵਿਧਾਇਕ ਰਕੇਸ਼ ਪਾਂਡੇ ਅਤੇ ਕਾਂਗਰਸ ਸੂਬਾ ਸਕੱਤਰ ਓਮ ਪ੍ਰਕਾਸ਼ ਮਲਹੋਤਰਾ ਵੀ ਮੌਜੂਦ ਸਨ। ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਜੀ ਪਰਮ ਸਤਿਕਾਰਯੋਗ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ, ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਜਿਨ੍ਹਾਂ ਨੇ ਅੱਜ ਰਾਜਮਾਤਾ ਸਾਹਿਬ ਜੀ ਦੀ ਅੰਤਮ ਅਰਦਾਸ ਦੇ ਵਿੱਚ ਹਿੱਸਾ ਪਾਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਅਸੀਂ ਸਾਰੇ, ਔਰ ਵਾਹਿਗੁਰੂ ਤੁਹਾਨੂੰ ਹਰ ਵੇਲੇ ਚੜ੍ਹਦੀ ਕਲਾ 'ਚ ਰੱਖਣ ਔਰ ਤੁਹਾਨੂੰ ਸਾਰੇ ਪਰਿਵਾਰਾਂ ਨੂੰ ਸੁਖੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਮਾਤਾ ਹਰ ਦੌਰ ਮੈਂ ਲੋਕ ਕੀ ਪ੍ਰਿਯ ਰਹੀ, ਚਾਹੇ ਉਹ ਲੋਕ ਸਭਾ ਮੈਂ ਰਹੀ, ਰਾਜ ਸਭਾ ਮੈਂ ਰਹੀ, ਉਹਨੇ ਲੋਕ ਕੀ ਆਵਾਜ਼ ਉਠਾਈ, ਇਨਸਾਫ ਕੀ ਬਾਤ ਕੀ, ਔਰ ਜਬ ਵੋ ਰਾਜਨੀਤਿਕ ਤੌਰ ਪਰ ਰਿਟਾਇਰ ਹੋਈ ਤਾਂ ਉਹਨਾਂ ਨੇ ਸਮਾਜ ਸੇਵਾ ਮੈਂ ਜੋ ਕੰਮ ਕੀਆ, ਜੋ ਇਸ ਪ੍ਰਾਂਤ ਕੇ ਮਹਿਲਾਓ ਕੇ ਲੀਏ ਕਾਮ ਕੀਆ, ਗਰੀਬੋ ਕੇ ਲੀਏ ਕਾਮ ਕੀਆ, ਵੋ ਹਮੇਸ਼ਾ ਯਾਦ ਰਹੇ ਅੱਲਾਹ ਸੇ, ਭਗਵਾਨ ਸੇ, ਵਾਹਿਗੁਰੂ ਸੇ। ਯਹੀ ਦੁਆ ਕਰਤਾ ਹੂੰ ਕਿ ਉਨਕੀ ਆਤਮਾ ਕੋ ਸ਼ਾਂਤੀ ਦੇ ਔਰ ਜੋ ਵੀ ਅੱਛੇ ਉਹਨੇ ਕਾਮ ਕੇ ਉਨ ਕਾਮ ਕੋ ਪੂਰਾ ਕਰਨੇ ਕੇ ਲੀਏ ਮਾਨੀ ਅਮਰਿੰਦਰ ਸਿੰਘ ਜੀ ਔਰ ਹਮ ਸਭ ਕੋ ਭਗਵਾਨ ਅੱਲਾਹ ਵਾਹਿਗੁਰੂ ਹਮੇ ਵੋ ਸ਼ਕਤੀ ਦੇ ਕੇ ਹਮ ਉਸ ਕਾਮ ਕੋ ਪੂਰਾ ਕਰੇ। ਪਟਿਆਲਾ ਤੋਂ ਬਲਵਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।